This is it. ਸਾਡੀ ਧਨੀਆ ਪੰਜੀਰੀ ਵੀ ਰੈਡੀ ਆ। ਹੈਪੀ ਜਨਮਾਸ਼ਟਮੀ ਟੂ ਐਵਰੀ ਵਨ। ਅੱਜ 26 ਅਗਸਤ ਦਾ ਜਨਮਾਸ਼ਟਮੀ ਆ ਅਤੇ ਹੁਣ ਸਵੇਰੇ ਆਈ ਥਿੰਕ 5:30 ਵਜੇ ਤਾਂ ਅਸੀਂ ਮੰਦਿਰ ਜਾ ਰਹੇ ਬਾਣੀ ਨੂੰ ਲੈ ਕੇ। ਬਾਣੀ ਦੀ ਫਸਟ ਜਨਮਾਸ਼ਟਮੀ ਆ। ਚਲੋ ਤੁਹਾਨੂੰ ਦਿਖਾਉਂਦੇ ਹਾਂ ਇਸਕੋਨ ਟੈਂਪਲ ਇੱਥੇ ਦਾ। ਨਮਸਤੇ ਐਵਰੀਵਨ, ਹੈਪੀ ਜਨਮਾਸ਼ਟਮੀ। ਅਸੀਂ ਹੁਣ ਬਣਾਉਣ ਲੱਗੇ ਹਾਂ ਪ੍ਰਸ਼ਾਦ। ਸਭ ਤੋਂ ਪਹਿਲਾਂ ਅਸੀਂ ਬਣਾ ਰਹੇ ਹਾਂ ਕਾਨਾ ਜੀ ਵਾਸਤੇ ਧਨੀਏ ਦੀ ਪੰਜੀਰੀ, ਨਾਲੇ ਮੱਖਣ, ਮੱਖਣ ਮਿਸ਼ਰੀ। ਔਰ ਮੰਮਾ ਹੋਰ ਕੀ ਬਣਾ ਰਹੇ ਆਪਾਂ? ਚਰਨਾਮਾ ਤਾਂ ਆਪਾਂ ਸ਼ਾਮੀ ਬਣਾਵਾਂਗੇ। ਹਜੇ ਮੋਰਨਿੰਗ ਦੇ ਕਿੰਨੇ ਵਜੇ ਆ? 9:30 ਦੇ ਅਰਾਊਂਡ, ਨਹੀਂ 8:30 ਦੇ ਅਰਾਊਂਡ ਹੋਇਆ ਵਾ। ਅਸੀਂ ਹਰੇ ਕ੍ਰਿਸ਼ਨਾ ਟੈਂਪਲ ਤੋਂ ਆ ਗਏ ਹਾਂ ਅਤੇ ਆਪਾਂ ਹੁਣ ਪ੍ਰਸ਼ਾਦ ਬਣਾਉਣ ਦੀ ਤਿਆਰੀ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਆਪਾਂ ਲਵਾਂਗੇ ਧਨੀਆ। ਧਨੀਏ ਦੇ ਬੀਜ ਆ, ਸੁੱਕਾ ਹੋਇਆ ਧਨੀਆ ਜਿਹੜਾ ਹੁੰਦਾ, ਸਾਫ਼ ਕਰ ਲਿਆ, ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ। ਹੁਣ ਆਪਾਂ ਇਹਨੂੰ ਆਪਣੀ ਕੜਾਹੀ ਦੇ ਵਿੱਚ ਪਾਵਾਂਗੇ। ਇਹਨੂੰ ਹਲਕਾ ਜਿਹਾ ਭੁੰਨਣਾ ਤਾਂ ਕਿ ਆਪਣਾ ਫਲੇਵਰ ਜਿਹੜਾ ਉਹ ਛੱਡ ਦੇ। ਪਿਘਲਣ ਦੇਣਾ, ਗੈਸ ਸਲੋ ਰੱਖਣੀ ਆ ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਬਦਾਮ। ਪਾਓ ਤੁਸੀਂ, ਹਾਂ ਅਸੀਂ ਬਦਾਮਾਂ ਨੂੰ ਉਹਦੇ ਵਿੱਚ ਰੋਸਟ ਕਰ ਲਿਆ। ਅੱਗੇ ਸਾਡੇ ਬਦਾਮ ਹੋ ਗਏ, ਇਹਨਾਂ ਨੂੰ ਆਪਾਂ ਹੁਣ ਕੱਟ ਲਵਾਂਗੇ ਪਲੇਟ ਦੇ ਵਿੱਚ। ਹੁਣ ਆਪਾਂ ਪਾਵਾਂਗੇ ਕਾਜੂ, ਅਸੀਂ ਕਾਜੂਆਂ ਨੂੰ ਵੀ ਰੋਸਟ ਕਰ ਲੈਣਾ। ਦੇਖੋ ਮੈਂ ਜ਼ਿਆਦਾ ਬਰਾਮ ਨਹੀਂ ਨਾ ਕਰਨਾ, ਇਹ ਜਲਦੀ ਜਲਦੀ ਕੱਢ ਲੈਣਾ ਕਿਉਂਕਿ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਟੋਸਟ ਕਰਨਾ। ਹਲਕਾ ਜਿਹਾ ਬਰਾਊਨਿਸ਼ ਕਲਰ ਲੈ ਕੇ ਆਉਣਾ ਵਾ ਆਪਣੇ ਕਾਜੂ। ਚਲੋ ਹੁਣ ਆਪਾਂ ਮਖਾਣਿਆਂ ਨੂੰ ਟੋਸਟ ਕਰਾਂਗੇ। ਮਖਾਣੇ ਵੈਸੇ ਵੀ ਸੁਪਰ ਫੂਡ ਹੁੰਦੇ ਆ, ਬਹੁਤ ਹੀ ਹੈਲਦੀ, ਪਰ ਪੰਜੀਰੀ 'ਚ ਹੋਰ ਵੀ ਜ਼ਿਆਦਾ ਸਵਾਦ ਲੱਗਦੇ ਆ। ਅੱਗੇ ਸਦਾ ਪੰਜੀਰੀ ਬਣਾਉਣ ਦਾ ਤਰੀਕਾ ਡਿਫਰੈਂਟ ਹੋਣਾ ਵਾ, ਪਰ ਸਾਡੇ ਘਰ ਇਵੇਂ ਬਣਦੀ। ਓਕੇ, ਸਾਡੇ ਮਖਾਣੇ ਵੀ ਰੋਸਟ ਹੋ ਗਏ ਆ। ਹੁਣ ਆਪਾਂ ਪਾਵਾਂਗੇ 4 ਮੰਚ। 4 ਮੰਚ ਸਾਨੂੰ ਕਿਸੇ ਵੀ ਇੰਡੀਅਨ ਸਟੋਰ 'ਚੋਂ ਮਿਲ ਜਾਣੇ ਅਤੇ ਅਸੀਂ ਉਹ ਵੀ ਐਡ ਕਰਾਂਗੇ। ਇਹਨਾਂ ਨੂੰ ਵੀ ਆਪਾਂ ਫਾਸਟ ਫਾਸਟ ਹੀ ਕਰਨਾ ਵਾ, ਬਿਲਕੁਲ ਵੀ ਨੀਚੇ ਨਹੀਂ ਲੱਗਣ ਦੇਣਾ, ਅਦਰਵਾਈਜ਼ ਜਲਦੀ ਜਲਦੀ ਜਲ ਸਕਦੇ ਆ ਇਹ। ਅਤੇ ਹਲਕਾ ਜਿਹਾ ਟੋਸਟ ਕਰਕੇ ਇਹਨਾਂ ਨੂੰ ਵੀ ਆਪਾਂ ਆਪਾਂ
ਆਪਾਂ ਜਿਹੜਾ ਧਨੀਆ ਸੀਗਾ ਉਹਨੂੰ ਠੰਡਾ ਕਰਕੇ ਪੀਸ ਲਿਆ ਵਾ ਤੇ ਇਸ ਤਰ੍ਹਾਂ ਪਾਊਡਰ ਫਾਰਮ ਦੇ ਵਿੱਚ ਆ ਗਿਆ ਵਾ ਹੁਣ। ਉਸ ਤੋਂ ਬਾਅਦ ਆਪਾਂ ਹੁਣ 2 ਚਮਚੇ ਘਿਓ ਪਾਵਾਂਗੇ ਅੱਗੇ ਆਪਣੀ ਕੜਾਹੀ ਦੇ ਵਿੱਚ। ਓਕੇ, ਘਿਓ ਜਿਹੜਾ ਹੈ ਉਹ ਪਿਘਲ ਗਿਆ, ਉਹਦੇ ਵਿੱਚ ਆਪਾਂ ਹੁਣ ਧਨੀਆ ਪਾਊਡਰ ਪਾਵਾਂਗੇ ਤੇ ਉਹਨੂੰ ਫਟਾਫਟ ਚਲਾਵਾਂਗੇ। ਇਸ ਤੋਂ ਬਾਅਦ ਜਿਹੜੇ ਆਪਾਂ ਡਰਾਈ ਫਰੂਟ ਸੀਗੇ ਕਾਜੂ, ਬਦਾਮ, ਚਾਰਮਗਜ, ਮਖਾਣੇ, ਇਹਨਾਂ ਨੂੰ ਆਪਾਂ ਫਿਰ ਪੀਸ ਲੈਣਾ ਤਾਂ ਕਿ ਅਸੀਂ ਉਹਨੂੰ ਪਾਊਡਰ ਫਾਰਮ ਦੇ ਵਿੱਚ ਇਹਦੇ ਵਿੱਚ ਐਡ ਕਰੀਏ। ਮੰਮਾ ਅਸੀਂ ਨਾਰੀਅਲ ਦਾ ਬੂਰਾ ਵੀ ਪਾਣਾ ਨਾ? ਸੌ ਗ੍ਰਾਮ ਨਾਰੀਅਲ ਦਾ ਬੂਰਾ। ਅਸੀਂ ਸਾਰਾ ਪ੍ਰੋਸੈਸ ਜਿਹੜਾ ਵਾ ਅਗੇਨ ਉਹ ਹਲਕੀ ਆਂਚ ਤੇ ਹੀ ਕਰਨਾ ਹੈ। ਮੈਂ ਗੈਸ ਬੰਦ ਕਰ ਦਿੱਤੀ ਆ ਤੇ ਆਪਾਂ ਜਿਹੜਾ ਧਨੀਆ ਸੀ ਰੋਸਟ ਕੀਤਾ ਆ ਉਹਨੂੰ ਆਪਾਂ ਠੰਡਾ ਹੋਣ ਦੇਵਾਂਗੇ। ਹੋ ਚੁੱਕਾ ਵਾ ਹੁਣ ਜਿਹੜਾ ਆਪਾਂ ਡਰਾਈ ਫਰੂਟਸ ਔਰ ਮਖਾਣੇ ਦਾ ਮਿਕਸਚਰ ਬਣਾਇਆ ਸੀਗਾ ਉਹਨੂੰ ਪੀਸ ਲਿਆ ਵਾ, ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਆਪਣੀ ਪੰਜੀਰੀ ਦੇ ਵਿੱਚ। ਹੁਣ ਇਹ ਪਾ ਰਹੇ ਹਾਂ ਆਪਾਂ ਨਾਰੀਅਲ ਦਾ ਬੂਰਾ ਛੋਟੀ ਕਟੋਰੀ। ਵਧੀਆ ਖੁਸ਼ਬੂ ਆ ਰਹੀ ਹੈ ਨਾਰੀਅਲ ਪਾਣੀ। ਇਸ ਤੋਂ ਬਾਅਦ ਆਪਾਂ ਪਾਵਾਂਗੇ ਸੌਗੀ, ਆਪਾਂ ਕਾਨਾ ਜੀ ਵਾਸਤੇ ਮੱਖਣ ਬਣਾ ਲਿਆ ਵਾ, ਉਹਦੇ ਵਾਸਤੇ ਆਪਾਂ ਯੂਜ ਕੀਤੀ ਸੀਗੀ ਇਹ ਛੋਟੀ ਜਿਹੀ ਐਂਕਲ ਵਾਲੀ ਕਰੀਮ ਦੀ ਬੋਟਲ ਆਉਂਦੀ ਆ, ਇਹਨੂੰ ਤੁਸੀਂ ਮਿਕਸੀ ਦੇ ਵਿੱਚ ਨਾ ਠੰਡੇ ਪਾਣੀ ਦੇ ਨਾਲ ਉਹ ਕਰ ਲਓ, ਮਿਕਸ ਕਰ ਲਓ, ਮਿਕਸੀ ਚਲਾ ਲਓ ਤੇ ਉਸ ਤੋਂ ਬਾਅਦ ਜਿਹੜਾ ਲੱਸੀ ਆ ਉਹ ਅਲੱਗ ਹੋ ਜਾਣੀ ਤੇ ਕਰੀਮ ਕਰੀਮ ਉੱਪਰ ਆ ਜਾਣੀ ਆ ਤੇ ਉਹਨੂੰ ਆਪਾਂ ਇਸ ਤਰ੍ਹਾਂ ਨਾਲ ਲੱਡੂ ਦੀ ਸ਼ੇਪ ਦੇ ਦਿੱਤੀ ਆ। ਹੁਣ ਆਪਾਂ ਇਹਦੇ ਉੱਤੇ ਮਿਸ਼ਰੀ ਪਾਵਾਂਗੇ, ਸਾਨੂੰ ਧਾਗੇ ਵਾਲੀ ਮਿਸ਼ਰੀ ਰਾਇਲ ਗੋਲਡ ਵਾਲੀ ਮਿਲ ਗਈ ਸੀ ਇੰਡੀਅਨ ਸ਼ੋਪਿੰਗ ਸਟੋਰ ਤੇ ਆਪਾਂ ਹੁਣ ਉਹ ਐਡ ਕਰਾਂ। ਸਾਨੂੰ ਤੁਲਸੀ ਕਿਤੇ ਉਹ ਵੀ ਨਹੀਂ ਮਿਲੇ ਤੁਲਸੀ ਦੇ ਪੱਤੇ, ਤੇ ਜਦੋਂ ਆਪਾਂ ਪ੍ਰਸ਼ਾਦ ਦਾ ਭੋਗ ਲਗਾਵਾਂਗੇ ਆਪਾਂ ਕ੍ਰਿਸ਼ਨ ਜੀ ਤੋਂ ਮਾਫ਼ੀ ਮੰਗ ਲਵਾਂਗੇ ਜਿਹੜੀ ਕਮੀ ਰਹਿ ਗਈ ਆ, ਬਟ ਯੂਜਲੀ ਜੇ ਕਦੀ ਮਿਲ ਜਾਵੇ ਤਾਂ ਫਿਰ ਆਪਾਂ ਉਹ ਵੀ ਤੁਲਸੀ ਦੇ ਪੱਤੇ ਵੀ ਐਡ ਕਰ ਲਈਦੇ ਹੁੰਦੇ ਆ। ਹੁਣ ਵਿਕਰਾਂਤ ਬਣਾਉਣ ਲੱਗੇ ਆ ਪੰਚਾਮ੍ਰਿਤ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ 4 ਟੇਬਲ ਸਪੂਨ ਦਹੀਂ। ਇਸ ਤੋਂ ਬਾਅਦ ਆਪਾਂ ਲਵਾਂਗੇ 1 ਸਪੂਨ ਸ਼ਹਿਦ ਦਾ, 1 ਸਪੂਨ ਆਪਾਂ ਲਵਾਂਗੇ ਗੰਗਾ ਜਲ, 1/2 ਟੇਬਲ ਸਪੂਨ ਆਪਾਂ ਲਵਾਂਗੇ ਦੇਸੀ ਘਿਓ ਤੇ ਇੰਗਰੀਡੀਐਂਟ ਆਪਾਂ ਲਵਾਂਗੇ ਥੋੜ੍ਹਾ ਜਿਹਾ ਦੁੱਧ, ਲਾਈਕ 3-4 ਟੇਬਲ ਸਪੂਨ। ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਕੰਸਿਸਟੈਂਸੀ ਜਿਹੜੀ ਆ ਕੁਛ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਪੋਰਿੰਗ ਕੰਸਿਸਟੈਂਸੀ, ਤੇ ਕੁਛ ਲੋਕ ਮਖਾਣੇ ਵੀ ਐਡ ਕਰਦੇ ਆ, ਜੇ ਤੁਸੀਂ ਚਾਹੋ ਕਿ ਐਂਡ ਵਿੱਚ ਮਖਾਣੇ ਵੀ ਐਡ ਕਰ ਸਕਦੇ ਹੋ, ਉਹ ਵੀ ਬਹੁਤ ਵਧੀਆ ਲੱਗਦੇ ਨੇ। ਓਕੇ, ਨਾਓ ਬੈਕ ਟੂ ਆਰ ਪੰਜੀਰੀ। ਸਾਡੀ ਪੰਜੀਰੀ ਬਿਲਕੁਲ ਠੰਡੀ ਹੋ ਚੁੱਕੀ ਆ, ਅਸੀਂ ਹੁਣ ਇਹਦੇ ਵਿੱਚ ਐਡ ਕਰਾਂਗੇ ਮਿਸ਼ਰੀ, ਮਿਸ਼ਰੀ ਅਰਾਊਂਡ 1/2 ਕੱਪ ਆ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸਿੰਗ ਗ੍ਰਾਇੰਡਿੰਗ ਦੇ ਵਿੱਚ ਕਰਕੇ ਗ੍ਰਾਇੰਡ ਕਰ ਲਿਆ ਹੋਇਆ ਚੰਗੀ ਤਰ੍ਹਾਂ ਤੇ ਪਾਊਡਰ ਫੋਮ ਦੇ ਵਿੱਚ ਆਪਾਂ ਮਿਸ਼ਰੀ ਨੂੰ ਐਡ ਕਰਾਂਗੇ ਔਰ ਮਿਸ਼ਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਜਿਹੜੀਆਂ ਬਿਲਕੁਲ ਡਲੀਆਂ ਵਗੈਰਾ ਉਹ ਨਾ ਰਹਿਣ ਇਹਦੇ ਅੰਦਰ। ਓਕੇ, ਤੇ ਸਾਡੀ ਪੰਜੀਰੀ 'ਚ ਆਪਾਂ ਮਿਸ਼ਰੀ ਵੀ ਐਡ ਕਰ ਲਈ ਆ ਤੇ ਮੈਂ ਪੂਰਾ ਟਰਾਈ ਕੀਤਾ ਵਾ ਕਿ ਮਿਸ਼ਰੀ ਦੀਆਂ ਵੱਡੀਆਂ ਵੱਡੀਆਂ ਡਲੀਆਂ ਨਾ ਹੋਣ, ਚਾਹੇ ਆਪਾਂ ਉਹਨੂੰ ਪੀਸ ਵੀ ਲਿਆ ਸੀ ਬਟ ਓਬਵੀਅਸਲੀ ਉਹ ਚਿਪਕ ਜਾਂਦੀ ਆ, ਬਟ ਮੈਂ ਟਰਾਈ ਕੀਤਾ ਵਾ
ਥੋੜ੍ਹਾ ਬਹੁਤਾ ਤਾਂ ਹੈ ਬਟ ਇਟਸ ਫਾਈਨ। ਇਸ ਤੋਂ ਬਾਅਦ ਸਾਨੂੰ ਲੱਗਾ ਕਿ ਨਾ ਥੋੜ੍ਹੀ ਸੁੱਕੀ ਆ ਪੰਜੀਰੀ ਕਿਉਂਕਿ ਧਨੀਆ ਅਤੇ ਮਿਰਚੀ ਜਿਹੜਾ ਉਹਨੇ ਘਿਓ ਜਿਹੜਾ ਸੋਖ ਲਿਆ ਵਾ ਚੰਗੀ ਤਰ੍ਹਾਂ ਦੇ ਨਾਲ। ਥੋੜ੍ਹਾ ਇਹਦੇ ਵਿੱਚ ਆਪਾਂ ਘਿਓ ਐਡ ਕਰਾਂਗੇ ਅਤੇ ਆਪਾਂ ਕੀ ਕੀਤਾ, ਹਾਫ ਕੌਲੀ ਜਿਹੜੀ ਆ ਘਿਓ ਦੀ ਉਹਨੂੰ ਗਰਮ ਕਰ ਲਿਆ, ਫਿਰ ਉਸ ਤੋਂ ਬਾਅਦ ਉਹਨੂੰ ਥੋੜ੍ਹਾ ਠੰਡਾ ਕਰ ਲਿਆ ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਐਡ ਕਰਾਂਗੇ ਆਪਣੀ ਪੰਜੀਰੀ ਦੇ ਵਿੱਚ, ਲਾਈਕ ਕੋਸਾ ਕੋਸਾ ਜਿਹਾ ਐਡ ਕਰਾਂਗੇ। ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਸਾਡੀ ਪੂਰੀ ਪੰਜੀਰੀ ਦੇ ਵਿੱਚ ਘਿਓ ਰਚ ਜਾਵੇ ਅਤੇ ਡਲੀਆਂ ਵੀ ਨਾ ਬਣਨ। ਓਕੇ, ਪੰਜੀਰੀ ਡਨ ਆ। ਜਿੱਦਾਂ ਦੀ ਕੰਸਿਸਟੈਂਸੀ, ਜਿਸ ਤਰ੍ਹਾਂ ਦੀ ਲੁੱਕ ਸਾਨੂੰ ਚਾਹੀਦੀ ਸੀ ਪ੍ਰਸ਼ਾਦ ਦੀ, ਉਹ ਬਿਲਕੁਲ ਉੱਦਾਂ ਦੀ ਹੀ ਆਈ ਆ। ਅਸੀਂ ਹੁਣ ਇਹਨੂੰ ਪਲੇਟ ਕਰ ਲਵਾਂਗੇ ਆਪਣੀ ਭੋਗ ਵਾਲੀ ਪਲੇਟ ਦੇ ਵਿੱਚ ਅਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਤੇ ਐਡ ਕਰਾਂਗੇ ਕ੍ਰਸ਼ਡ ਕਾਰਡਮਮ, ਇਲਾਇਚੀ, ਛੋਟੀ ਇਲਾਇਚੀ ਉਹਨੂੰ ਕ੍ਰਸ਼ ਕਰ ਲਿਆ ਸੀ ਉਹ ਐਡ ਕਰਾਂਗੇ। ਅਤੇ ਜਦੋਂ ਆਪਾਂ ਸਟਾਰਟ ਦੇ ਵਿੱਚ ਨਟਸ ਨੂੰ ਰੋਸਟ ਕੀਤਾ ਸੀਗਾ, ਥੋੜ੍ਹੇ ਜਿਹੇ ਆਪਾਂ ਨਿਕਾਲ ਕੇ ਰੱਖ ਲਏ ਸੀ ਬਦਾਮ, ਕਾਜੂ, ਚਾਰ ਮਿਰਚ ਅਤੇ ਮਖਾਣੇ, ਆਪਾਂ ਇਹਦੇ ਉੱਪਰ ਐਡ ਕਰ ਦੇਵਾਂਗੇ। ਐਂਡ ਦਿਸ ਇਜ਼ ਇਟ, ਸਾਡੀ ਧਨੀਆ ਪੰਜੀਰੀ ਵੀ ਰੈਡੀ ਆ, ਪ੍ਰਸ਼ਾਦ ਸਾਡਾ ਰੈਡੀ ਆ, ਚਰਨਾ ਅੰਮ੍ਰਿਤ ਵੀ ਰੈਡੀ ਆ ਅਤੇ ਮੱਖਣ ਵੀ ਰੈਡੀ ਆ। ਇਸ ਤੋਂ ਬਾਅਦ ਆਪਾਂ ਜਿਹੜੀ ਭੋਗ ਦੀ ਥਾਲੀ ਆ ਉਹ ਸਜਾਵਾਂਗੇ, ਫਿਰ ਪੂਜਾ ਕਰਾਂਗੇ ਔਰ ਪ੍ਰਸ਼ਾਦ ਵੰਡਾਂਗੇ ਅਤੇ ਖਾਵਾਂਗੇ। ਅਤੇ ਮੋਰਨਿੰਗ ਦੇ ਵਿੱਚ ਅਸੀਂ ਆਪਣੀ ਬਾਨੀ ਨੂੰ ਕ੍ਰਿਸ਼ਨਾ ਬਣਾ ਕੇ ਥੋੜ੍ਹਾ ਜਿਹਾ ਫੋਟੋ ਸ਼ੂਟ ਕੀਤਾ ਸੀਗਾ, ਇਹਦੀ ਆਪਾਂ DIY ਵੀਡੀਓ ਅਲੱਗ ਤੋਂ ਸ਼ੂਟ ਕੀਤੀ ਆ ਬਿਹਾਈਂਡ ਦ ਸੀਨਸ, ਉਹ ਜਲਦੀ ਹੀ ਅਪਲੋਡ ਕਰਾਂਗੇ ਤੁਹਾਡੇ ਵਾਸਤੇ। ਹੁਣ ਅਸੀਂ ਬਾਨੀ ਨੂੰ ਰਾਧਾ ਰਾਣੀ ਬਣਾਤਾ ਆ ਅਤੇ ਅਸੀਂ ਲੈ ਕੇ ਜਾ ਰਹੇ ਹਾਂ ਉਹਨੂੰ ਜਨਮਾਸ਼ਟਮੀ ਦੇ ਫੰਕਸ਼ਨ 'ਤੇ। ਮੇਰੀ ਇੱਕ ਫਰੈਂਡ ਆ, ਉਹਨਾਂ ਦੇ ਘਰ ਅੱਜ ਫੰਕਸ਼ਨ ਆ ਜਨਮਾਸ਼ਟਮੀ ਦਾ ਅਤੇ ਅਸੀਂ ਸਾਰੇ ਉੱਥੇ ਚੱਲੇ ਹਾਂ। ਰਾਤ ਦੇ 12 ਵਜਣ ਨੂੰ ਆਲਮੋਸਟ 7 ਮਿੰਟਸ ਲੈਫਟ ਆ ਅਤੇ ਅਸੀਂ ਕਰਨ ਲੱਗੇ ਹਾਂ ਪੂਜਾ ਹੁਣ, ਅਤੇ ਤੁਹਾਡੇ ਨਾਲ ਆਪਣਾ ਪ੍ਰਸ਼ਾਦ ਦੀ ਥਾਲੀ ਆਪਾਂ ਸ਼ੇਅਰ ਕਰਾਂਗੇ। ਹਾਏ ਬਾਣੀ, ਲੁੱਕ ਐਟ ਦੈਟ, ਬਾਣੀ ਵੀ ਸਾਡੇ ਨਾਲ ਜਾਗਦੀ ਪਈ ਆ ਅੱਜ ਹਜੇ। ਬਾਣੀ ਕਹਿੰਦੀ ਮੈਂ ਵੀ ਹਾਜ਼ਰੀ ਲਗਵਾਉਣੀ ਆ ਮੰਦਰ ਦੇ ਵਿੱਚ। ਰਾਧੇ ਰਾਧੇ ਬਾਣੀ, ਰਾਧੇ ਬਾਣੀ, ਰਾਧੇ ਰਾਧੇ। ਹਰੇ ਕ੍ਰਿਸ਼ਨਾ ਮੰਦਿਰ ਜਨਮਾਸ਼ਟਮੀ 27th ਨੂੰ ਮਨਾਈ ਗਈ ਅਤੇ ਰਾਤ ਨੂੰ ਆਪਾਂ ਮਿਡਨਾਈਟ 'ਤੇ ਗਏ ਇਸਕੋਨ ਟੈਂਪਲ ਅਤੇ ਤੁਸੀਂ ਵੀ ਦੇਖੋ ਉੱਥੇ ਦੀਆਂ ਰੌਣਕਾਂ। ਵਿੱਚ ਬਿਲਕੁਲ ਵਰਿੰਦਾਵਨ ਵਾਲਾ ਮਾਹੌਲ ਸੀ, ਸਾਨੂੰ ਸਾਰਿਆਂ ਨੂੰ ਬਹੁਤ 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 ਸਕੂਨ ਮਿਲਿਆ ਉੱਥੇ ਜਾ ਕੇ ਅਤੇ ਕੁਛ ਇਸ ਤਰ੍ਹਾਂ ਅਸੀਂ ਮਨਾਇਆ ਆਪਣਾ ਜਨਮਾਸ਼ਟਮੀ ਦਾ ਦਿਨ। ਹਰੇ ਕ੍ਰਿਸ਼ਨਾ, ਰਾਧੇ ਰਾਧੇ।
ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਆਰ ਚੈਨਲ।